अच्छा जी विकास भाई, कि हमने गोल्डियन का सेटअप पूरा आपको दिखा दिया है, प्राइजेस भी साथ बता दिए हैं। इसके बाद हम थोड़ा सा इनकी बीमारियों और मेडिसिन के बारे में थोड़ी सी बात करेंगे। भैया तुसीं इत्थे पूरी एक वो बनाई हुई है, मेडिकल स्टोर बनाया है इत्थे, इहदे बारे थोड़ा दस्सो इन्हां नूं किन्नियां बीमारियां, पहले वह दस्सो मैनूं। काफ़ी किस्म की बीमारी है, फर्ज करो ए बैंगलाइज आना। हाँ जी, अगर तुसीं एस मतलब कॉमन दा लटीनो दा या ब्लू दा कोई भी बच्चा अगर बैंगलाइज यानी कि अंडे फोस्टर करते हैं बैंगलाइज थले, हाँ जी, तो वह जो बच्चे पालदा वा, बच्चे थोड़े जे वड्डे हुंदे आ, फिर उन्हां दे विच एक खास किस्म की बीमारी हुंदी आ कैंकर की बीमारी। कैंकर, ठीक है। कैंकर की बीमारी कहिंदे एक चर्बी जी इन्हां दे गले दे विच बंदी आ, सही, उहदी वजह तों कोई परिंदा कोई एक महीना सर्वाइव करता वा, उस तों बाद एक्सपायर हो जाता। मेरे तकरीबन कोई 10-12 पीस कैंकर की वजह तों एक्सपायर हो गए। ठीक है। तो हाल ही दे विच इहदे ਇਹਨੂੰ ਵੀ ਇੱਕ ਬਰਡ ਨੂੰ ਮਸਲਾ ਸੀ, ਬਲੂ ਦੇ ਨੂੰ ਠੀਕ। ਤੇ ਇਹ ਤਕਰੀਬਨ ਇਹ ਅਗਰ ਪੇਅਰ ਫੁੱਲ ਅਡਲਟ ਹੋ ਜਾਏ ਨਾ 30-32,000 35,000 ਦਾ, ਹਾਂ ਇਹ ਮਾਸ਼ਾਅੱਲਾ ਬਲੂ ਦਾ ਇੱਕ ਪੀਸ ਮੇਰੇ ਕੋਲ ਐਕਸਪਾਇਰ ਹੋ ਗਿਆ ਸਿਰਫ ਕੈਂਕਰ ਦੀ ਵਜ੍ਹਾ ਤੋਂ। ਸਹੀ। ਤੇ ਜਿੱਦਾਂ ਕਿ ਤੁਹਾਨੂੰ ਪਤਾ ਯੂਟਿਊਬ ਪਰ ਬਾਕੀ ਸਾਰਿਆਂ ਨੂੰ ਪਤਾ ਕਿ ਰੋਨਵੇਟ ਜਿਹੜੀ ਰੋਨਵੇਟ 12% ਸੀ ਨਾ ਉਹ ਮਾਰਕੀਟ ਦੇ ਵਿੱਚ ਸ਼ਾਰਟ ਹੋ ਗਈ ਸੀ। ਸਹੀ। ਤੇ ਇਹ ਬੀਟਾ ਫਾਰਮ ਵਾਲੇ ਬਾਹਰ ਦੀ ਮੁਲਕ ਦੀ ਪ੍ਰੋਡਕਟ ਆ, ਤੇ ਮਤਲਬ ਆਉਂਦੇ ਉਹਦਾ ਟਾਈਮ ਲੱਗ ਗਿਆ। ਠੀਕ ਹੋ। ਤੇ ਉਹ ਮੰਗਵਾਈ ਆ, ਹੁਣੇ ਤੁਹਾਨੂੰ ਦੱਸ ਦਵਾਂ ਕੈਂਕਰ ਦਾ ਇਲਾਜ। ਕੈਂਕਰ ਦਾ ਇਲਾਜ ਇਹ ਰੋਨਵੇਟ 12% ਆ। ਤਸਵੀਰ ਦਿਖਾ ਦਾਂਗੇ ਸਕਰੀਨ ਤੇ ਸ਼ੋਅ ਹੋ ਜਾਏਗੀ। ਠੀਕ ਹੈ। ਤੇ ਜਦੋਂ ਮਤਲਬ ਕੋਈ ਬਰਡ ਪੜੋਗੇ ਨਾ ਉਹਦਾ ਐ ਕਰਕੇ ਚੁੰਝ ਖੋਲੋਗੇ ਨਾ ਤੇ ਵਿਚਲੀ ਸਾਈਡ ਤੇ ਇੱਕ ਪੀਲੇ ਜਿਹੇ ਰੰਗ ਦੀ ਚਰਬੀ ਜੀ ਨਜ਼ਰ ਆਏਗੀ। ਠੀਕ ਹੈ। ਤੇ ਔਰ ਕੈਂਕਰ ਦੀ ਤੁਹਾਨੂੰ ਅਲਾਮਤ ਦੱਸ ਦਿੰਦਾ ਵਾ, ਜਦੋਂ ਮਤਲਬ ਇਹ ਬਰਡ ਨੂੰ ਕੈਂਕਰ ਹੋ ਜਾਂਦਾ ਵਾ ਨਾ, ਹਾਂਜੀ, ਤੇ ਇਹ ਮਤਲਬ ਫੁੱਲ ਕੇ ਬਹਿ ਜਾਂਦਾ ਵਾ, ਦੂਸਰੇ ਨੰਬਰ ਤੇ ਖਾਂਦਾ ਨਹੀਂ, ਔਰ ਤੀਸਰੇ ਨੰਬਰ ਤੇ ਜਿਹੜੀ ਗਰਦਨ ਹੁੰਦੀ ਉਹਨੂੰ ਝਟਕਾ ਮਾਰਦਾ, ਇਦਾਂ ਕਰਦਾ। ਠੀਕ ਹੈ। ਉਹ ਮੇਰੀ ਇੱਕ ਫਿੰਚ ਵੀ ਇਦਾਂ ਹੋਈ ਹੋਈ ਆ। ਉਹ ਕੈਂਕਰ ਨੂੰ, ਉਹ ਬਿਲਕੁਲ ਕੈਂਕਰ ਦੀ ਨਿਸ਼ਾਨੀ। ਬਾਬਾ ਜੀ ਆਪਣੀ ਫਿੰਚ ਜਿਹੜੀ ਐ ਧੌਣ ਕਰਦੀ ਸੀ ਉਹਨੂੰ ਕੈਂਕਰ ਸੀ। ਠੀਕ ਹੈ। ਉਹਦਾ ਇਲਾਜ ਆ ਹਾਈ ਨਿਸ਼ਾਨੀ ਜਿਹੜੀ ਆ ਉਹ ਐ ਜਿਹੜੀ ਕਰਦੀ। ਹਾਂ ਧੌਣ ਇਦਾਂ ਰੋਨੀਵੇਟ 12%। ਅੱਛਾ ਜੀ, ਉਸ ਤੋਂ ਇਲਾਵਾ ਅਗਲੀ ਬਿਮਾਰੀ ਕੋਈ ਦੱਸੋ। ਹਾਂ ਜੀ, ਇਹ ਜਿਹੜੀ ਮੈਡੀਸਨ ਹੈ ਤਕਰੀਬਨ ਕੋਈ ਪਹੁੰਚ ਮੈਨੂੰ ਇੱਥੇ 6,000 ਰੁਪਏ ਦੇ ਵਿੱਚ ਪਈ, 5800 ਜਾਂ 200 ਡਿਲੀਵਰੀ ਆ। ਠੀਕ ਹੋ ਗਿਆ ਜੀ। ਤਰਕੀਬ ਇਸਤੇਮਾਲ ਉਹਦੇ ਉੱਤੇ ਲਿਖੀ ਹੋਈ ਹੈ ਨਾ? ਹਾਂ ਜੀ, ਉਹ ਲਿਖੀ ਹੋਈ ਹੈ। ਉਸ ਤੋਂ ਬਾਅਦ ਆਪਣੇ ਕੋਲ ਰਿਪਲੈਨਿਸ਼ ਆ, ਅਗਰ ਬਰਡ ਕੋਈ ਵੀ ਤੁਸੀਂ ਮਤਲਬ ਇੱਕ ਜਗ੍ਹਾ ਦੂਸਰੀ ਜਗ੍ਹਾ ਟ੍ਰਾਂਸਫਰ ਕਰਦੇ ਆ, ਤੇ ਉਹਦੇ ਵਿੱਚ ਮਤਲਬ ਕਿ ਇਹ ਤੁਸੀਂ ਥੋੜੀ ਥੋੜੀ ਇੱਕ ਇੱਕ ਚੁੰਡੀ ਮਤਲਬ ਨਾ ਇੱਕ ਬਰਤਨ ਦੇ ਵਿੱਚ ਪਾ ਦੇਣੀ ਠੀਕ ਹੈ। ਤੇ ਮਤਲਬ ਕੋਈ ਇਹਨੂੰ 3-4 ਦਿਨ ਬੁਲਾਉਣਾ, ਤੇ ਜਿਹੜੀ ਸਟ੍ਰੈਸ ਵਗੈਰਾ ਹੁੰਦੀ ਹੈ ਨਾ ਉਹ ਠੀਕ ਹੋ ਜਾਂਦਾ, ਇਨਵਾਇਰਨਮੈਂਟ ਜਿਹੜਾ ਚੇਂਜ ਹੁੰਦਾ ਉਹ ਵੀ ਬਰਦਾਸ਼ਤ ਕਰ ਜਾਂਦਾ ਨਾ, ਓਕੇ ਕਰ ਜਾਂਦਾ, ਮਤਲਬ ਪਾਣੀ ਪੂਣੀ ਦੀ ਚੇਂਜਿੰਗ ਵੀ ਨਾ ਉਹ ਵੀ ਮਸਲਾ ਹੱਲ ਕਰ ਜਾਂਦਾ। ਠੀਕ ਹੋ ਗਿਆ। ਦੂਸਰੇ ਨੰਬਰ ਤੇ ਇਹ ਤੁਹਾਨੂੰ ਤੀਸਰਾ ਨੰਬਰ ਆ ਗਿਆ ਹੁਣ। ਹਾਂ ਜੀ, ਲਓ ਜੀ, ਇਹ ਹੈਗੀ ਆ ਸਕੈਟ। ਅਗਰ ਤੁਸੀਂ ਗੋਲਡੀਆਂ ਰੱਖੀ ਆ ਸਭ ਤੋਂ ਜ਼ਰੂਰੀ ਇਹ ਆ, ਅਗਰ ਇਹ ਤੁਹਾਡੇ ਕੋਲ ਨਹੀਂ ਹੈਗੀ ਤੁਹਾਡਾ ਪਰਿੰਦਾ ਸਰਵਾਈਵ ਨਹੀਂ ਕਰੇਗਾ। ਅਸੀਂ ਰੱਖੀ ਕੋਈ ਸ਼ੈ ਨਹੀਂ ਹਲੇ ਤੱਕ। 21 ਡੇ ਬਾਅਦ ਇਹਨੂੰ ਯੂਜ਼ ਕਰਵਾਉਣੀ ਹੁੰਦੀ, ਯਾਨੀ ਕਿ 21 ਦਿਨਾਂ ਬਾਅਦ ਇਹ ਯੂਜ਼ ਕਰਵਾਉਣੀ। ਅਗਰ ਨਾ ਕਰਵਾਓਗੇ ਐਸੀ ਬਿਮਾਰੀ ਕ੍ਰੀਏਟ ਹੋਏਗੀ, ਸਾਰਾ ਸ਼ੈਡ ਖਤਮ ਹੋ ਜਾਏਗਾ। ਸਹੀ, ਇਹ ਲਾਜ਼ਮੀ ਆ। ਇਹਦਾ ਤਰੀਕਾ ਇਹ ਕਿੰਨੇ ਦੀ ਆਉਂਦੀ ਆ? ਇਹ 3200 ਰੁਪਏ ਦੀ। 3200 ਰੁਪਏ ਦੀ, ਠੀਕ। ਇਹ ਤੁਹਾਨੂੰ ਮੈਂ ਦਿਖਾਉਂਦਾ ਵਾਂ, ਇੱਥੇ ਮੈਂ ਪਾ ਕੇ ਰੱਖੀ ਹੋਈ ਆ ਥੋੜ੍ਹੀ ਜੀ, ਇਹ ਦੇਖੋ। ਹਾਂਜੀ, ਇਹ ਡ੍ਰੋਪਰ ਦੇ ਵਿੱਚ ਪਾ ਕੇ ਰੱਖੀ ਹੋਈ ਆ। ਪਰਿੰਦਾ ਫੜਨਾ ਵਾ ਤੁਸੀਂ, ਜ਼ਰਾ ਤੁਹਾਨੂੰ ਚੈੱਕ ਵੀ ਕਰਾ ਦਿੰਦੇ ਪਰਿੰਦੇ ਦੇ ਲਾਣੀ ਕਿੱਦਾਂ ਵਾ। ਹਾਂਜੀ, ਲਾਣ ਦਾ ਤਰੀਕਾ ਹੈ। ਦੋ ਕਤਰੇ ਲੱਗ ਗਏ, ਬਸ ਇੱਕ ਕਤਰਾ ਲਾਈਦਾ ਵਾ, ਦੋ ਵੀ ਲੱਗ ਜਾਂਦੇ ਕੋਈ ਮਸਲਾ ਨਹੀਂ। ਇਦਾਂ ਬਸ ਹਲਕੀ ਜਿਹੀ ਨਾ ਮਤਲਬ ਮਸਲ ਦੇਣੀ ਤੋਂ ਇੱਕ ਸਾਈਡ ਤੇ ਲਾ ਦੇਣੀ ਬਸ, ਕਿ ਦੋਨਾਂ ਦੇ ਨਹੀਂ, ਬਸ ਇੱਕ ਸਾਈਡ ਤੇ ਇੱਕ ਸਾਈਡ ਤੇ ਇਹਨਾਂ ਪਾ। ਠੀਕ ਹੈ। ਹਾਂ, ਅੱਛਾ, ਜੁਆ ਸ਼ੁਆ ਨਹੀਂ ਹੁੰਦੀ। ਦੂਸਰੇ ਨੰਬਰ ਤੇ ਭਾਈ ਇਹ ਕੋ ਪਤਾ ਨਹੀਂ ਕੀ, ਚੌਥਾ ਨੰਬਰ ਆ ਗਿਆ। ਨੰਬਰ ਤੇ ਆਪਣੇ ਕੋ ਬ੍ਰੀਡਿੰਗ ਫਾਰਮੂਲਾ ਵਾ। ਠੀਕ ਹੈ। ਤੇ ਇਹ ਮਤਲਬ ਹੈਗਾ ਵਾ ਮਲਟੀਵਿਟਾਮਿਨ। ਹਾਂ ਜੀ, ਔਰ ਇਹ ਹੈਗਾ ਵਾ ESL ਮਾਸ਼ਾਅੱਲਾ, ਦੇਖ ਸਕਤੇ ਹੈ ਕੈਸੇ ਬਹੁਤ ਸਾਰੇ ਲਗੇ ਪੜੇ ਹੈ।
आया की ऊंट के उ निशान पहले बने हुए आ जड़े डिजाइन बनाया ये आप कुतरते हैं उन्होंने माशाल्लाह जी ये कैडी शैना कुतरते हैं कैंची ना अच्छा कैंची ना ये ऊंट नहीं दूध पी रही माशाल्लाह आप भी डिजाइन आप ही बनाया कैंची ना वाली माशाल्लाह जी ऊंटों को डिजाइन किया हुआ है ये जी माशाल्लाह ऊंट देखें ये ऊपर देख दिखाइए इन्हें ऊपर आ शक्ल देखो आ कैंची कैंची के साथ में काटे ना बनाए हुए हैं ये और ब्लैक कलर का ये देखे बच्चा है इसका और ये कैंची के साथ काट के ना इसके ऊपर डिजाइन बनाए हुए हैं माशाल्लाह बाकी सारे भी ऐसे मैं आपको दिखाता हूँ वो सारे भी देखे ऐसे बने हुए हैं ऊपर डिजाइन कैंची से काट काट के बनाए हुए हैं माशाल्लाह बहुत सारे ऊंट हैं खूबसूरत ये देखो जी अभी दूध चो रहे हैं ये इधर गाहक भी आए बैठे हैं दूध लेने के लिए इन्हें दाचियां दूध सेल होता बेचते हैं वाह